ਸੜੇ ਸੜੇ ਬੰਦੇ ਜਿਹੜੇ ਸਾਡੀ ਕਾਰ ਦੀ ਬਾਰੀ ਤੱਕ ਨਹੀਂ ਪਹੁੰਚ ਸਕਦੇ ਸੀ ਉਹ ਸਾਨੂੰ ਗਦਾਰ ਕਹਿੰਦੇ ਨੇ। ਬਾਹਰ ਆ ਜਾ, ਸਭ ਤੋਂ ਵੱਧ ਗਾਲਾਂ ਤੈਨੂੰ ਮੈਂ ਕੱਢੂੰਗਾ। ਬੀਜੇਪੀ ਦੇ ਬੰਦੇ ਤੁਸੀਂ ਹੋ ਜਿਹੜੇ ਨਜ਼ਾਰੇ ਲੈਂਦੇ ਫਿਰਦੇ ਹੋ, ਜਿਹੜੇ ਬੋਲਦੇ ਆ, ਜਿਹੜੇ ਭੌਂਕਦੇ ਆ, ਜਿਹੜੇ ਜਿਹਨਾਂ ਨੇ ਗਦਾਰ ਦੇ ਸਰਟੀਫਿਕੇਟ ਦਿੱਤੇ ਨਾ, ਉਹ ਨੇ ਬੀਜੇਪੀ ਦੇ ਬੰਦੇ, ਵਿਕੇ ਹੋਏ ਹੋ ਤੁਸੀਂ। ਯਾਰ ਜਿਹਦਾ ਜੇਲ੍ਹਾਂ ਜਾਂਦਾ ਨਾ, ਜਿਹਦਾ ਰੁਲਦਾ ਉਹਨੂੰ ਪਤਾ ਹੁੰਦਾ ਸਾਡਾ ਭੁਗਤ ਰਿਹਾ, ਇਹਨਾਂ ਨੂੰ ਕੀ ਫਰਕ ਪੈਂਦਾ। ਬਾਈ ਆਪਾਂ ਉਹੀ ਗੱਲ ਵਾਸਤੇ ਵੀ ਅੱਜ ਦੇਖ ਲਓ ਹੈ ਨਾ, ਦੀਪ ਦੀ ਜ਼ਮਾਨਤ ਸੀਗੀ ਅਤੇ ਜ਼ਮਾਨਤ ਹੋ ਜਾਣੀ ਸੀਗੀ, ਕਿਉਂ ਕੇਸ ਤਾਂ ਕੋਈ ਬਣਦਾ ਹੀ ਨਹੀਂ ਗਾ, ਹੁਣ ਜ਼ਮਾਨਤ ਤਾਂ ਦੇਣੀ ਪੈਣੀ ਸੀ ਇਹਨਾਂ ਨੂੰ, ਕੁਛ ਹੈ ਹੀ ਨਹੀਂ ਗਾ। ਕੁਛ ਆਪੋਜੀਸ਼ਨ 'ਚ ਕੁਛ ਹੋਵੇ ਤਾਂ ਜ਼ਮਾਨਤ ਰੋਕਦੇ ਹੈ ਨਾ, ਜ਼ਮਾਨਤ ਰੋਕਣ ਦਾ ਕੋਈ ਹੋਰ ਬਹਾਨਾ ਨਹੀਂ ਮਿਲਿਆ। ਅਤੇ ਜੱਜ ਸਾਹਿਬ ਕਹਿੰਦੇ ਛੁੱਟੀ 'ਤੇ ਨਹੀਂ ਜੀ, ਪਹਿਲਾਂ 3 ਵਜੇ ਤੱਕ ਉਂ ਲਮਕਾਈ ਗਏ ਵੀ ਉੱਧਰ ਉਸ ਅਦਾਲਤ 'ਚ ਫੈਸਲਾ ਹੋਊ, ਇਸ ਅਦਾਲਤ 'ਚ ਫੈਸਲਾ ਹੋਊ, ਐਂ ਕੁੱਤੇ ਭਗਾਈ ਕਰਾਈ ਗਏ। ਫਿਰ ਕਹਿੰਦੇ ਜੱਜ ਸਾਹਿਬ ਛੁੱਟੀ 'ਤੇ ਗਏ ਆ 3 ਵਜੇ, ਕਹਿੰਦੇ ਵੀ ਜੱਜ ਸਾਹਿਬ ਛੁੱਟੀ 'ਤੇ ਨਹੀਂ ਜੀ, ਇਸ ਕਰਕੇ ਫੈਸਲੇ ਨਹੀਂ ਅੱਜ ਕਰ ਸਕਦੇ। ਅਤੇ 8 ਤਰੀਕ ਪਾਤੀ ਬਾਈ ਇਹਨਾਂ ਨੇ। ਬਾਈ ਮੈਨੂੰ ਇੱਕ ਗੱਲ ਦੱਸੋ ਵੀ ਜਦੋਂ ਤਾਂ ਰਿਮਾਂਡ ਲੈਣਾ ਹੁੰਦਾ ਹੈ ਨਾ ਦੀਪ ਦਾ, ਉਹ ਤਾਂ ਜੱਜ ਦੇ ਘਰ ਜਾ ਕੇ ਸਵੇਰੇ 7-8 ਵਜੇ ਅਤੇ ਜੱਜ ਨੂੰ ਉਠਾ ਕੇ ਰਿਮਾਂਡ ਲੈ ਲੈਂਦੇ ਆ। ਜੱਜ ਬੰਦਾ 7-8 ਵਜੇ ਤਾਂ ਮੈਨੂੰ ਨਹੀਂ ਉਠਾ ਸਕਦਾ ਕੋਈ, ਉਹ ਤਾਂ ਫਿਰ ਜੱਜ ਹੈ। ਅਤੇ ਇਹਨਾਂ ਨੇ 8 ਵਜੇ ਉਠਾ ਕੇ ਉਹਨੂੰ ਅਤੇ ਉਹਦਾ ਰਿਮਾਂਡ ਲੈ ਆਏ ਹੈ ਨਾ। ਉਦੋਂ ਜੱਜ ਛੁੱਟੀ 'ਤੇ, ਉਹ ਤਾਂ ਜਮਾਂ ਹੀ ਛੁੱਟੀ 'ਤੇ ਸ਼ਰਿਆਮ ਹੀ ਤਾਂ ਮਤਲਬ ਕਿ ਛੁੱਟੀ ਹੁੰਦੀ ਹੈ ਸਵੇਰੇ 8 ਵਜੇ, 10 ਵਜੇ ਅਦਾਲਤਾਂ ਸ਼ੁਰੂ, ਸਾਰੇ ਕੰਮ ਹੀ 10 ਵਜੇ ਸ਼ੁਰੂ ਹੁੰਦੇ ਆ। ਅਤੇ ਇਹਨਾਂ ਨੇ ਜਾ ਕੇ ਉਦੋਂ ਰਿਮਾਂਡ ਲੈ ਲਈ। ਅਤੇ ਅੱਜ ਜਦੋਂ ਜ਼ਮਾਨਤ ਦੇਣੀ ਸੀਗੀ ਅਤੇ ਪਹਿਲਾਂ 3 ਵਜੇ ਤਾਈਂ ਕੁੱਤੇ ਭਗਾਈ ਕਰਾਈ ਗਏ, ਫਿਰ ਕਹਿੰਦੇ ਜੱਜ ਸਾਹਿਬ ਛੁੱਟੀ 'ਤੇ ਆ। ਅਤੇ ਫਿਰ ਕੀ ਹੋ ਗਿਆ, ਜੱਜ ਸਾਹਿਬ ਛੁੱਟੀ 'ਤੇ ਆ, ਜਦੋਂ ਬੰਦੇ ਨੇ ਕੁਛ ਕਰਿਆ ਨਹੀਂ, ਕਰਾਇਆ ਨਹੀਂ, ਇੰਨੇ ਦਿਨ ਹੋ ਗਏ, ਇੰਨੇ ਮਹੀਨੇ ਹੋ ਗਏ ਦੇਣ, ਕਿਹੜੇ ਮਹੀਨੇ ਹੋ ਗਏ, ਬੰਦਾ ਸੜੀ ਜਾਂਦਾ ਬਿਨਾਂ ਗੱਲ ਤੋਂ। ਅਤੇ ਇਹ ਕਿੱਧਰਲਾ ਕਾਨੂੰਨ ਆ ਯਾਰ ਇਹ, ਕਿ ਕੀ ਇਹ, ਮੈਨੂੰ ਤਾਂ ਵੀ ਕੀ ਹੁਣ ਗੱਲ ਕਰੀਏ ਕਿ ਅੱਜ ਵੀ ਮਤਲਬ ਅਸੀਂ ਗੁਲਾਮ ਹਾਂ, ਕਿ ਅੱਜ ਵੀ ਅਸੀਂ ਗੋਰਿਆਂ ਦੇ ਉੱਥੇ ਹਾਂ। ਸੰਵਿਧਾਨ ਦੇ ਮੁਤਾਬਕ, ਕਾਨੂੰਨ ਦੇ ਮੁਤਾਬਕ ਤਾਂ ਅੱਜ ਜ਼ਮਾਨਤ ਬਣਦੀ ਸੀ ਅਤੇ ਦੇਣੀ ਚਾਹੀਦੀ ਸੀ। ਜੱਜ ਛੁੱਟੀ 'ਤੇ ਹੋਰ ਰਾਤ ਦੇ ਜੱਜ ਕਿਹੜਾ, 2900 ਜੱਜ ਆ ਤੁਹਾਡੇ ਕੋਲ। ਰਿਮਾਂਡ ਲੈਣ ਵੇਲੇ ਤੁਹਾਡੇ ਜੱਜ ਸਾਰੇ ਸੁੱਤੇ ਪਏ ਉੱਠ ਕੇ ਆ ਜਾਂਦੇ ਆ, ਅਤੇ ਜਦੋਂ ਜ਼ਮਾਨ ਦੇਣੀ ਹੁੰਦੀ ਹੈ ਕਿਸੇ ਬੰਦੇ ਨੂੰ, ਯਾਰ ਕਿਸੇ ਬੰਦੇ ਦੀ ਲਿਬਰਟੀ ਦਾ ਸਵਾਲ ਹੈ, ਤੁਸੀਂ ਕਿਵੇਂ ਉਹ ਕਰ ਸਕਦੇ ਹੋ ਅਗਰ ਜੱਜ ਛੁੱਟੀ 'ਤੇ ਆ। ਇਹ ਕਿੱਦਾਂ ਦੀ, ਇਹ ਕਿੱਧਰਲਾ ਕਾਨੂੰਨ ਆ ਯਾਰ, ਇਹ ਤਾਂ ਕੋਈ ਗੱਲ ਨਹੀਂ ਬਣੀ ਹੈ ਨਾ। ਅਤੇ ਨਾਲੇ ਜਿਹੜੇ ਜਿਹੜੇ ਹੁਣ ਭੌਂਕਦੇ ਸੀ ਨਾ, ਜਿੰਨੇ ਕਹਿੰਦੇ ਸੀਗੇ ਕਿ ਦੀਪ ਬੀਜੇਪੀ ਦਾ ਪਲਾਂਟਡ ਬੰਦਾ, ਜਿਹੜੇ ਕਹਿੰਦੇ ਆਰ ਐੱਸ ਐੱਸ ਦਾ ਬੰਦਾ, ਉਹ ਹੁਣ ਕੰਨ ਖੋਲ੍ਹ ਕੇ ਦੇਖ ਲਓ, ਆਰ ਐੱਸ ਐੱਸ ਦਾ ਬੰਦਾ ਇਹ ਜੇ ਬੀਜੇਪੀ ਦਾ ਬੰਦਾ ਹੁੰਦਾ ਤਾਂ ਐਂ ਧੱਕੇ ਖਾਂਦਾ ਫਿਰਦਾ ਹੁੰਦਾ, ਉਹ ਐਂ ਜਮਾਨਤ ਲਈ ਤੜਫਦਾ ਫਿਰਦਾ। ਉਹ ਹੁਣ ਬੋਲਿਓ ਵੀ ਬੀਜੇਪੀ ਪਲਾਂਟਡ ਆ ਬੀਜੇਪੀ ਦਾ। ਬਾਈ ਫੋਨ ਨਾ ਕਰੋ ਵੀਰੇ ਵਿੱਚ, ਪਲੀਜ਼ ਯਾਰ ਕਰ ਲੈਣ ਦਿਓ ਗੱਲ ਯਾਰ। ਅਤੇ ਮੈਂ ਉਹੀ ਗੱਲ ਕਰਦਾ ਸੀਗਾ ਵੀ ਹੁਣ ਸ਼ਰਮ ਮੰਨਿਓ ਇਹ ਗੱਲ ਕਹਿਣ ਲੱਗੇ ਵੀ ਦੀ ਬੀਜੇਪੀ ਦਾ ਬੰਦਾ, ਸ਼ਰਮ ਮੰਨਿਓ। ਬੀਜੇਪੀ ਦੇ ਬੰਦੇ ਤੁਸੀਂ ਹੋ ਜਿਹੜੇ ਨਜ਼ਾਰੇ ਲੈਂਦੇ ਫਿਰਦੇ ਹੋ, ਜਿਹੜੇ ਬੋਲਦੇ ਆ, ਜਿਹੜੇ ਭੌਂਕਦੇ ਆ, ਜਿਹੜੇ ਜਿਹਨਾਂ ਨੇ ਗਦਾਰ ਦੇ ਸਰਟੀਫਿਕੇਟ ਦਿੱਤੇ ਨਾ, ਉਹ ਨੇ ਬੀਜੇਪੀ ਦੇ ਬੰਦੇ, ਵਿਕੇ ਹੋਏ ਹੋ ਤੁਸੀਂ। ਦੀਪ ਨਹੀਂ ਹੈਗਾ ਬੀਜੇਪੀ ਦਾ ਬੰਦਾ, ਦੀਪ ਪੰਜਾਬ ਦਾ ਪੁੱਤ ਹੈ, ਇਸੇ ਕਰਕੇ ਜੇਲ੍ਹ ਸੜਦਾ ਫਿਰਦਾ। ਤੁਸੀਂ ਬੀਜੇਪੀ ਦੇ ਬੰਦੇ ਹੋ, ਜਿੱਦਾਂ ਦੀਪ ਅੰਦਰ ਗਿਆ ਉਦੋਂ ਬਾਅਦ ਇੱਕ ਗੱਲ ਨਹੀਂ ਕਰੀ ਤੁਸੀਂ ਸਰਕਾਰ ਦੇ ਨਾਲ ਇਹਨਾਂ ਨੂੰ ਬਿੱਲਾਂ ਨੂੰ ਰੱਦ ਕਰਾਉਣ ਦੀ। ਕੀ ਪ੍ਰੋਗਰੈਸ ਹੈ ਬਾਈ, ਉਦੋਂ ਬਾਅਦ ਮੈਨੂੰ ਦੱਸੋ, ਇੱਕ ਪ੍ਰੋਗਰੈਸ ਗਿਣਾ ਦਿਓ ਤੁਹਾਡੀ, ਕੀ ਪ੍ਰੋਗਰੈਸ ਤੁਸੀਂ ਕਰੀ ਹੈ। ਦੀਪ ਦੇ ਮਗਰ ਪਏ ਨੇ ਦੀ ਬੀਜੇਪੀ ਦਾ ਬੰਦਾ, ਫਲਾਣੇ ਦਾ, ਘਾਨੇ ਦਾ। ਬੀਜੇਪੀ ਦਾ ਬੰਦਾ ਹੁੰਦਾ ਤਾਂ ਐਂ ਸੜਦਾ ਫਿਰਦਾ, ਤਰਸਦੇ ਫਿਰਦੇ ਅਸੀਂ, ਭੌਂਕਦੇ ਫਿਰਦੇ ਅਸੀਂ, ਉੱਥੇ ਜ਼ਮਾਨਤਾਂ ਕਰਾਉਣ ਲਈ ਮਿੰਨਤਾਂ ਕਰਦੇ ਫਿਰਦੇ ਹਾਂ ਦੁਨੀਆ ਦੀਆਂ। ਜੱਜ ਛੁੱਟੀ 'ਤੇ ਚਲਿਆ ਜਾਂਦਾ ਬੀਜੇਪੀ ਦਾ ਬੰਦਾ, ਬੀਜੇਪੀ ਦੇ ਬੰਦੇ ਤੁਸੀਂ ਹੋ, ਨਜ਼ਾਰੇ ਲੈਂਦੇ ਹੋ ਹੋਟਲਾਂ 'ਚ, ਨਜ਼ਾਰੇ ਲੈਂਦੇ ਹੋ ਜਹਾਜ਼ਾਂ 'ਚ, ਨਜ਼ਾਰੇ ਲੈਂਦੇ ਹੋ, ਤੁਸੀਂ ਹੋ ਬੀਜੇਪੀ ਦੇ ਬੰਦੇ, ਮੈਂ ਸ਼ਰੇਆਮ ਕਹਿੰਦਾ। ਬਕਵਾਸ ਕਰਦੇ ਆ, ਕੋਈ ਸਾਲਾ ਉੱਠ ਕੇ ਮੂੰਹ ਚੱਕ ਕੇ ਕਹਿ ਜਾਂਦਾ ਗੱਦਾਰ ਹੈ, ਫਲਾਣਾ ਧਮਕਾਨਾ, ਤੁਸੀਂ ਜੰਮ ਪਏ ਭਗਤ ਸਿੰਘ ਕਰਕੇ ਨੋਟ ਇਕੱਠੇ ਹੁਣ ਬਣ ਗਏ, ਫਿਰ ਮੇਰੇ ਮੂੰਹ 'ਚ ਕੁਛ ਹੋਰ ਸੁਣੋਗੇ। ਹੁਣ ਕਹੇ ਜੇ ਹੁਣ ਉਹਦਾ ਸ਼ਰਮ ਮੰਨਿਓ, ਮਾੜੀ ਮੋਟੀ ਇਹ ਗੱਲ ਕਹਿਣ ਲੱਗੇ ਕਿ ਦੀਪ ਬੀਜੇਪੀ ਦਾ ਬੰਦਾ, ਸ਼ਰਮ ਮੰਨਿਓ। ਜੇ ਇੱਕ ਪਿਓ ਦੇ ਆ ਨਾ, ਜੇ ਤੁਹਾਨੂੰ ਅਕਲ ਹੈਗੀ ਹੈ, ਜੇ ਪੜ੍ਹੇ ਲਿਖੇ ਹੋ, ਜੇ ਦਿਮਾਗ ਕੰਮ ਕਰਦਾ, ਜੇ ਹੈਗੇ ਪੋਲੀਟੀਸ਼ੀਅਨ ਤੁਸੀਂ, ਤਾਂ ਫਿਰ ਤਾਂ ਬੇਸ਼ਰਮ ਹੋ ਤੁਸੀਂ, ਫਿਰ ਜੋ ਮਰਜ਼ੀ ਭੌਂਕੀ ਚੱਲੋ, ਜੋ ਮਰਜ਼ੀ ਭੌਂਕੀ ਚੱਲੋ, ਸਾਡੇ ਠੰਡ ਨਹੀਂ। ਬੀਜੇਪੀ ਦਾ ਬੰਦਾ ਆਪਣਾ ਨਾ ਧਮਕਾਨਾ, ਉਹ ਸੜਦਾ ਫਿਰਦਾ ਜੇਲ੍ਹ 'ਚੋਂ ਬੀਜੇਪੀ ਦਾ ਬੰਦਾ, ਐਸਾ ਦੀਪ ਹੈ, ਧੱਕੇ ਖਾਣਾ, ਚੰਗੇ ਨਜ਼ਾਰੇ ਲੈਂਦੇ, ਕੀ ਕੀ ਮਿਲੇ ਦੱਸ।
ਕੀ ਲੈਣਾ ਸੀ ਆਪਾਂ ਕਿਸਾਨ ਕਿਸਾਨੀ ਇਹਨਾਂ ਤੋਂ ਕੀ ਲੈਣਾ ਸਾਡੇ ਠੀਕ ਹੈ ਸਾਡੇ ਬਜ਼ੁਰਗ ਵੀ ਰਲਦੇ ਰੁਲਦੇ ਫਿਰਦੇ ਸਾਨੂੰ ਦੁੱਖ ਹੈ ਇਸ ਗੱਲ ਦਾ ਸਾਡੇ ਬਜ਼ੁਰਗ ਉੱਥੇ ਟਰਾਲੀਆਂ ਸੜਦੇ ਨੇ 5 ਮਹੀਨੇ ਹੋ ਗਏ ਪਰ ਕਿਹਨੂੰ ਫਿਕਰ ਆ ਕਿਹੜੇ ਲੀਡਰ ਨੂੰ ਫਿਕਰ ਆ ਯਾਰ ਉਹਨਾਂ ਬਜ਼ੁਰਗਾਂ ਦਾ ਬਾਪੂਆਂ ਦਾ ਕਿਉਂ ਉਹ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਬਾਪੂਆਂ ਨੂੰ ਸਾਰਿਆਂ ਨੂੰ ਕਿ ਬਾਪੂ ਆ ਜਾਓ ਕਿਉਂ ਉੱਥੇ ਕੁਛ ਨਹੀਂ ਹੈਗਾ ਸਾਡੇ ਨਾਲ ਧੋਖਾ ਹੋ ਚੁੱਕਿਆ ਬਾਪੂ ਆ ਜਾਓ ਯਾਰ ਮੁੜਿਓ ਕਿਉਂ ਔਖੇ ਹੋਈ ਜਾਂਦੇ ਉੱਥੇ ਫਿਰ ਆਖਣਗੇ ਵੀ ਯਾਦ ਆਏ ਕਹਿੰਦਾ ਆਉਂ ਕਹਿੰਦਾ ਹੋਰ ਕੀ ਆਖਾਂ ਹੁਣ ਮੈਂ ਬਾਕੀ ਬਾਈ ਲੱਖੇ ਨੂੰ ਬਾਈ ਲੱਖੇ ਧਿਆਨ ਨਾਲ ਚੱਲੀ ਥੋੜ੍ਹਾ ਜਿਹਾ ਠੀਕ ਆ ਕਿ ਨਹੀਂ ਬਾਕੀ ਤੇਰੀ ਮਰਜ਼ੀ ਹੈ ਅਸੀਂ ਤਾਂ ਤੇਰੇ ਨਾਲ ਜਿਵੇਂ ਆਖੇਂਗਾ ਉਵੇਂ ਕਰਾਂਗੇ ਭਰਾ ਸਾਡਾ ਤੂੰ ਅਤੇ ਥੋੜ੍ਹਾ ਜਿਹਾ ਸੋਚ ਸਮਝ ਕੇ ਹੈ ਨਾ ਕਿਉਂਕਿ ਯਾਰ ਧੋਖੇਬਾਜ਼ ਨੇ ਸਾਰੇ ਬਾਈ ਇਹ ਸਭ ਧੋਖੇਬਾਜ਼ ਨੇ ਅੱਗੇ ਇੱਕ ਪਤਾ ਨਹੀਂ ਕਿਹੜਾ ਬੰਦਾ ਸੀਗਾ ਕੋਈ ਆਗੂ ਸੀਗਾ ਮੈਂ ਤਾਂ ਜਾਣਦਾ ਨਹੀਂ ਗਾ ਉਹ ਕਰਦਾ ਕਿ ਲੱਖਾ ਮਾਫ਼ੀ ਮੰਗ ਲਏ ਤਾਂ ਉਹਨੂੰ ਅਸੀਂ ਆਪਦੇ ਕਲਾਵੇ 'ਚ ਲੈ ਲਾਂਗੇ ਅਤੇ ਦੀਪ ਦੀ ਅਸੀਂ ਕੋਈ ਗੱਲ ਨਹੀਂ ਕਰਨੀ ਚਾਹੁੰਦੇ ਕਿਉਂ ਬਈ ਦੀਪ ਰਸ਼ੀਆ 'ਚੋਂ ਆਇਆ ਹੈਂ ਜਾਂ ਚਾਈਨਾ 'ਚੋਂ ਆਇਆ ਦੀਪ ਪੰਜਾਬ ਦਾ ਪੁੱਤ ਨਹੀਂ ਜਿੰਨੀ ਕੁਰਬਾਨੀ ਦੀਪ ਨੇ ਦਿੱਤੀ ਅੱਗੇ ਕਿਸੇ ਦੀ ਕਾਹਤ ਹੀ ਇੰਨੀ ਇੰਨੀ ਕੁਰਬਾਨੀ ਦੇਣ ਦੀ ਹੈ ਕਿਸੇ ਦੀ ਕਾਹਤ ਤੁਹਾਡਾ 50,000 ਦਾ ਨੁਕਸਾਨ ਹੋ ਜਾਵੇ ਤਾਂ ਤੁਹਾਨੂੰ ਮਹੀਨਾ ਨੀਂਦ ਨਹੀਂ ਆਉਂਦੀ ਬਲੱਡ ਪ੍ਰੈਸ਼ਰ ਲੋਅ ਹੋ ਜਾਂਦਾ ਤੁਹਾਡਾ ਅਤੇ ਦੀਪ ਦਾ ਕਰੋੜਾਂ ਦਾ ਨੁਕਸਾਨ ਹੋਇਆ ਕੈਰੀਅਰ ਖਤਮ ਹੋ ਗਿਆ ਉਹਦਾ ਕਿਹਦੇ ਪਿੱਛੇ ਪੰਜਾਬ ਪਿੱਛੇ ਹੈ ਕਿਸੇ ਸਿਮਤ ਔਰ ਮੈਂ ਤਾਂ ਦੀਪ ਨੂੰ ਮੂਰਖ ਆਖੂੰਗਾ ਬਾਈ ਦੀਪ ਮੈਂ ਤਾਂ ਸ਼ਰਿਆਂ ਕਹਿੰਦਾ ਕਿ ਮੂਰਖ ਹੈ ਤੂੰ ਦੀਪ ਮੂਰਖ ਸਿਰੇ ਦਾ ਬਾਹਰ ਆ ਜਾ ਸਭ ਤੋਂ ਵੱਧ ਗਾਲਾਂ ਤੈਨੂੰ ਮੈਂ ਕੱਢੂੰਗਾ ਕਿ ਤੈਨੂੰ ਕੀ ਲੋੜ ਸੀ ਨਜ਼ਾਰੇ ਲੈਂਦੇ ਸੀ ਨਾ ਤਾਂ ਤੂੰ ਆਪ ਨਜ਼ਾਰੇ ਲਏ ਨਾ ਸਾਨੂੰ ਲੈਣ ਦਿੱਤੇ ਸੜੇ ਸੜੇ ਬੰਦੇ ਜਿਹੜੇ ਸਾਡੀ ਕਾਰ ਦੀ ਬਾਰੀ ਤੱਕ ਨਹੀਂ ਪਹੁੰਚ ਸਕਦੇ ਸੀ ਉਹ ਸਾਨੂੰ ਗਦਾਰ ਕਹਿੰਦੇ ਨੇ ਜਿਹਨਾਂ ਦੀ ਕਾਤ ਨਹੀਂ ਸੀ ਵੀ ਸਾਡੀ ਕਾਰ ਦੀ ਬਾਰੀ ਤੱਕ ਵੀ ਪਹੁੰਚ ਜਾਣ ਸਾਡੇ ਨਾਲ ਫੋਟੋ ਵੀ ਕਰਾ ਲੈਣ ਇੱਕ ਜਿਹਨਾਂ ਬੰਦਿਆਂ ਦੀ ਕਾਤ ਨਹੀਂ ਸੀ ਨਾ ਉਹ ਬੰਦੇ ਸਾਨੂੰ ਗਦਾਰ ਕਹਿੰਦੇ ਨੇ ਅੱਜ ਤੇਰੇ ਕਰਕੇ ਦੀਪ ਤੇਰੇ ਕਰਕੇ ਤੇਰਾ ਪੰਜਾਬ ਪੰਜਾਬ ਪ੍ਰਤੀ ਜਿਹੜਾ ਪਿਆਰ ਉਮੜਿਆ ਸੀ ਨਾ ਉਹਦੇ ਕਰਕੇ ਬੋਲਿਆ ਨਹੀਂ ਅੱਜ ਕੋਈ ਵੀ ਜਮਾਨਤ ਨਹੀਂ ਦਿੱਤੀ ਕਿਸੇ ਦਾ ਕੋਈ ਬਿਆਨ ਹੀ ਨਹੀਂ ਯਾਰ ਵੀਰੇ ਇਹ ਤਾਂ ਤੇਰੇ ਨਾਲ ਮਤਰਿਆਂ ਵਾਲਾ ਬਿਹੇਵ ਕਰ ਰਿਹਾ ਯਾਰ ਤੂੰ ਖਾਮ ਯਾਰ ਜਿਹਦਾ ਜੇਲ੍ਹਾਂ ਜਾਂਦਾ ਨਾ ਜਿਹਦਾ ਰੁਲਦਾ ਉਹਨੂੰ ਪਤਾ ਹੁੰਦਾ ਸਾਡਾ ਸਾਡਾ ਭੁਗਤ ਰਿਹਾ ਇਹਨਾਂ ਨੂੰ ਕੀ ਫਰਕ ਪੈਂਦਾ ਇਹ ਤਾਂ ਨਜ਼ਾਰੇ ਲੈਂਦੇ ਨੇ ਇਹ ਤਾਂ ਨਾਲ ਨਾਲ ਖਾਂਦੇ ਨੇ ਚਿਕਨ ਕਰੀ ਅਤੇ ਫਲਾਣਾ ਧਮਕਾਨਾ ਸਾਡਾ ਸਾਡਾ ਸੜਦਾ ਜੇਲ੍ਹ ਦੇ ਵਿੱਚ ਜਾਣ ਬੁੱਝ ਕੇ ਨਹੀਂ ਦਿੱਤੀ ਜਮਾਨਤ ਅੱਜ ਸੋਰੀ ਯਾਰ ਬਸ ਯਾਰ ਰੋਟੀ ਮੈਂ ਬਾਅਦ 'ਚ ਕਰਦੇ ਗੱਲ ਵੀਰੇ